ਸਰਕਾਤਵਾ ਸਰਪੰਗੰ ਸੱਤੇ ਅੱਖਰ ਦੁਆਰਾ ਕਹਿੰਦੇ ਆ ਤੂੰ ਹੀ ਡਰ ਦੇਣ ਵਾਲਾ ਸਰਪੰਗ ਭੰਨਣ ਵਾਲਾ ਤਿੰਨਾਂ ਦੇ ਤਾਈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤ੍ਰੈ ਤਿੰਨ ਤੇ ਭੰਗ ਨਾਸ ਕਰਨਾ ਰੰਗਸਤਵਾ ਅਰੰਗੰ ਰੰਗਸਤਵਾ ਰੰਗਾਂ ਦੇ ਦੇਣ ਵਾਲਾ ਤੂੰ ਹੈ ਆਪ ਰੰਗਾਂ ਤੋਂ ਰਹਿਤ ਹੈ ਮੋਹ ਆਦਿਕ ਤੋਂ ਲਵਸਤਵਾ ਅਲੰਗੰ ਅਲੰਗੰ ਲਵਸਤਵਾ ਸੋ ਲੈ ਲੈਣਾ ਹੈ ਵਸਤੂ ਆਪਣੇ ਪਿਆਰਿਆਂ ਨੂੰ ਦਿੱਤੀ ਹੋਇਆ ਤੋਆ ਤੂੰ ਤੇ ਅਲੰਗ ਆਪ ਵੱਖਰਾ ਹੈ ਲੰਘ ਨਾ ਵੱਖ ਸੋ ਮਿਲਣ ਦਾ ਤੇ ਆ ਨਾਮ ਰਹਿਤ ਦਾ ਲੱਗਾ ਹੋਇਆ ਨੀ ਕਿਸੇ ਨਾਲ ਵੱਖਰਾ ਹੈ ਤੂੰ ਤੇ ਲੰਘ ਨਾਮ ਹੁੰਦਾ ਪਿੱਛੇ ਆਇਆ ਸੀ ਜੋ ਲੰਘ ਪੈ ਜਾਂਦਾ ਹੈ ਪਲੰਘ ਚਿੱਤਰੇ ਨੂੰ ਚਿੱਤਰੇ ਦਾ ਲੰਘ ਉਹ ਕਹਿੰਦੇ ਆ ਜਿਸ ਵੇਲੇ ਚਿਤਲਾ ਮਾਰ ਦੇ ਉੱਪਰ ਜਾਵੇ ਸ਼ਿਕਾਰ ਤੇ ਉਹ ਤੋਂ ਸ਼ਿਕਾਰ ਨਾ ਮਾਰਿਆ ਜਾਵੇ ਤੇ ਉਹ ਪੁੱਠਾ ਹੋ ਕੇ ਡਿੱਗ ਪੈਂਦਾ ਉਹਨੂੰ ਲੰਘ ਕਹਿੰਦੇ ਸ਼ਿਕਾਰੀ ਕਹਿੰਦੇ ਚਿੱਤਰੇ ਨੂੰ ਲੰਘ ਪੈ ਗਿਆ ਪਰ ਇੱਥੇ ਲੰਘਣ ਪਾਠ ਹੈ ਸੋ ਉੱਥੇ ਕੱਲਾ ਲੰਘ ਪਾਠ ਸੀ ਅਲੱਗ ਸੋ ਤੂੰ ਵੱਖਰਾ ਹੈ ਲੱਗਾ ਹੋਇਆ ਨਹੀਂ ਕਿਸੇ ਨਾਲ ਚੰਬੜਿਆ ਹੋਇਆ ਨਹੀਂ ਹੈ ਜਕਾਤਵਾ ਜਕਾਪੰ ਹਾਂਜੀ ਜਕਾਤਵਾ ਜਕਾਪੰ ਜਕਾਤਵਾ ਸੋ ਯਕ ਨਾਮ ਇੱਕ ਦਾ ਫਾਰਸੀ ਦੇ ਵਿੱਚ ਯਕ ਅਰਜ ਗੋਸਤਾ ਪੇਸ ਤੋਂ ਦਰਗੋਸ ਕੁਨ ਕਰਤਾ ਜਿਸ ਤਰ੍ਹਾਂ ਬਚਨ ਕਹੇ ਹੈ ਸੋ ਯਕ ਇੱਕ ਆਸ ਹੈ ਤਵਾ ਤੂੰ ਤੇ ਯਕ ਨਾਮ ਸੋ ਯਕ ਨਾਮ ਇੱਕ ਦਾ ਤੇ ਆਪੰਗ ਨਾਮ ਹੈ ਆਪ ਦਾ ਆਪੇ ਆਪ ਤੂੰ ਇੱਕੋ ਇੱਕ ਰੂਪ ਹੈ ਤੇ ਜਕ ਨਾਮ ਹੈ ਫਾਰਸੀ ਦੇ ਵਿੱਚ ਹੱਠ ਦਾ ਜੱਜੇ ਦੇ ਨਾਲ ਯੇ ਨਾਲ ਹੋਵੇ ਯਕ ਤਾਂ ਇੱਕ ਦਾ ਤੇ ਜੇ ਜੱਜਾ ਹੋਵੇ ਜਕ ਤਾਂ ਫਿਰ ਹੱਠ ਦਾ ਹੈ ਹੱਠ ਕਰਨ ਵਾਲਾ ਵੀ ਤੂੰ ਆਪ ਹੀ ਹੈ ਪਰ ਇੱਕੋ ਇੱਕ ਤੂੰ ਹੀ ਹੈ ਸਾਰਿਆਂ ਦੇ ਵਿੱਚ ਇਸ ਦੋਵੇਂ ਯੇ ਹੋਣ ਕਰਕੇ ਇੱਕੋ ਇੱਕ ਤੂੰ ਹੀ ਹੈ ਏਕਾਪੰ ਆਪਣਾ ਆਪ ਰੂਪ ਨਿਰਗੁਣਾ ਸਰਗੁਣ ਪੀ ਉਹੀ ਕਲਾ ਧਾਰਨ ਸੈਲੀ ਮੋਹੀ ਰੂਪ ਹੈ ਵਿਦੇਸ਼ਤਵਾ ਵਰਦਾਨ ਹਾਂਜੀ ਵਿਦੇਸ਼ ਵਿਦਿਆ ਦੇ ਦੇਣ ਵਾਲਾ ਵੀ ਤੂੰ ਹੀ ਹੈ ਵਰਾਂ ਦੇ ਦਾਨ ਵਾਲਾ ਵੀ ਤੂੰ ਹੀ ਹੈ ਦਾਤਾ ਹੈ ਇੱਕੋ ਇੱਕ ਤੂੰ ਹੈ ਪਰਮੇਸ਼ਰ ਯਕ ਆਸਤਵਾ ਇੱਕੋ ਇੱਕ ਹੈ ਤੂੰ ਇੱਕ ਆਨ ਇੱਕੋ ਆਇਆ ਹੈ ਸਾਰਿਆਂ ਵਿੱਚ ਆਨ ਤੇਰੀ ਸਰਨ ਮਨ ਦੇ ਇੱਕੋ ਪਰਮੇਸ਼ਰ ਦੀ ਲਵਸਤਵਾ ਤੂੰ ਸਾਰਿਆਂ ਦੇ ਵਿੱਚ ਲੱਗਾ ਹੋਇਆ ਹੈ ਲਵਸ ਤੂੰ ਸਾਰਿਆਂ ਦੀ ਵਸਤੂ ਲੈ ਲੈਣਾ ਦਿੱਤੀ ਹੋਈ ਅਲੇਖ ਲੇਖਾਂ ਤੋਂ ਰਹਿਤ ਹੈ ਸੋ ਗੁੱਸੇ ਤੋਂ ਰਹਿਤ ਰੇਖਾ ਆਲਕ ਤੋਂ ਰਹਿਤ ਰਾਰੇ ਅੱਖਰ ਦੁਆਰਾ ਕਹਿੰਦੇ ਹਨ ਸਤਿਗੁਰੂ ਤ੍ਰਿਅਸ ਤੋਆ ਤ੍ਰਿਭੰਗੇ ਤੱਤੇ ਅੱਖਰ ਦੁਆਰਾ ਕਹਿੰਦੇ ਹਨ ਇਸਤਰੀ ਆਲਕ ਤੋਂ ਵੀ ਤੂੰ ਰਹਿਤ ਹੈ ਤੇ ਤਿੰਨਾਂ ਨੂੰ ਭੰਨਣ ਵਾਲਾ ਹੈ ਅਸ ਤੋਆ ਮਾਇਆ ਰੂਪੀ ਇਸਤਰੀ ਵਾਲਾ ਵੀ ਹੈ ਚਲੋ ਹਰਿਸਤਵਾ ਹਰੰਗੇ ਹਰਿਸ ਅੱਗੇ ਪੜੋ ਹਰਿਸਤਵਾ ਹਰੰਗੇ ਹਰਿਸਤਵਾ ਹਰੰਗੇ ਐਸਾ ਹੈ ਤੂੰ ਹਰਿਸ ਹਰ ਲੈਣ ਵਾਲਾ ਹਰ ਹਰਿਸਤਵਾ ਹਰ ਹਰੀ ਰੂਪ ਹੈ ਆਸ ਹੈ ਤੋਆ ਤੂੰ ਤੇ ਹਰ ਅੰਗੇ ਹਰ ਇੱਕ ਦੇ ਅੰਗ ਵਿੱਚ ਤੂੰ ਆਇਆ ਹੋਇਆ ਹੈ ਤੇ ਹਰ ਇੱਕ ਨੂੰ ਅੰਗੇ ਪਿਆਰ ਦੇਣ ਵਾਲਾ ਵੀ ਤੂੰ ਆਪ ਹੈ ਮਹਿਸਤਵਾ ਮਹੇਸ ਮਹਿਸ ਮਸਤ ਹੈ ਤੂੰ ਮਹੇਸ ਸਿੰਘ ਸ਼ਿਵਜੀ ਆਲਕ ਨੂੰ ਵੀ ਮਸਤ ਕਰ ਦੇਣ ਵਾਲਾ ਹੈ ਤੇ ਮੈਂ ਈਸਨ ਮੈਂ ਧਰਤੀ ਦਾ ਵੀ ਈਸਰ ਰੂਪ ਹੈ ਮੈਂ ਚੰਦਰਮਾ ਦਾ ਵੀ ਈਸਰ ਰੂਪ ਹੈ ਪ੍ਰਕਾਸ਼ ਰੂਪ ਪਜਾਤਵਾ ਅਭੇਸ ਤੇਰੇ ਤਾਂ ਇਹ ਭਾਜਦਿਆਂ ਨੇ ਭੇਸਾਂ ਤੋਂ ਰਹਿਤ ਪਰਮੇਸ਼ਰ ਬ੍ਰਸਤਵਾ ਬ੍ਰਾਨ ਬ੍ਰਸ ਬਰਾਸਤਵਾ ਬਰਾਨ ਸੋ ਬਰਾਸ ਨਾਮ ਉਦਮ ਦਾ ਵੀ ਹੁੰਦਾ ਹੈ ਤੂੰ ਹੀ ਉਦਮ ਦੇ ਦੇਣ ਵਾਲਾ ਹੈ ਤੇ ਬਰਾਨੰ ਬਰਮਾ ਰੂਪ ਵੀ ਤੂੰ ਆਪ ਹੀ ਹੈ ਐਸਾ ਬਰ ਆਨੰ ਬਰਾਂ ਦੇ ਦੇਣ ਵਾਲਾ ਹੈ ਪਰਮੇਸ਼ਰ ਫਿਰ ਪਾੜੇ ਅੱਖਰ ਬਰਾਨ ਨਾਮ ਬਰਨ ਦਾ ਹੁੰਦਾ ਕਥਨ ਕਰਨ ਦਾ ਤੇ ਬਰਸ ਉਦਮ ਕਰਨ ਵਾਲਾ ਤੂੰ ਹੈ ਤੇ ਬਰਾਨ ਕਥਨ ਕਰਨ ਵਾਲਾ ਵੀ ਤੂੰ ਹੀ ਹੈ ਸਾਰਿਆਂ ਦੇ ਤਾਈ ਹੈਰਾਨ ਕਰਨ ਵਾਲਾ ਖਰਾਬ ਕਰਨ ਵਾਲਾ ਵੀ ਤੂੰ ਹੀ ਹੈ ਦੁਖੀ ਜਿਹੜੇ ਮਹਾਤਮਾ ਨੂੰ ਦੁੱਖ ਦਿੰਦੇ ਉਹਨਾਂ ਨੂੰ ਪਲਸਤਵਾ ਫਲਾਨੰ ਪਲਸ ਪਾਲਣਾ ਕਰਨ ਵਾਲਾ ਹੈ ਤੂੰ ਫਲਾਨੰ ਨੀ ਪਾਠ ਹੋਰ ਹੋਣਾ ਫਲਾਨੰ ਸੋ ਪਲਸ ਹੈ ਪਲਸਤਵਾ ਫਲਾਨੰ ਸੋ ਤੂੰ ਹੀ ਪਲਕ ਦੇ ਵਿੱਚ ਵੀ ਸਾਰਿਆਂ ਦੇ ਤਾਈ ਫਲ ਲਾ ਦੇਣ ਵਾਲਾ ਹੈ ਪਾਲਣਾ ਕਰਨ ਵਾਲਾ ਹੈ ਪਲਸ ਤੋਂ ਪਾਲਣਾ ਦਾ ਲਾਉਣਾ ਹੈ ਜਾਂ ਪਲਕ ਦੇ ਵਿੱਚ ਵੀ ਤੂੰ ਪਾਲਣਾ ਕਰਨ ਵਾਲਾ ਫਲ ਦੇਣ ਵਾਲਾ ਹੈ ਚਲੋ ਨਰਸਤਵਾ ਨਰੇਸੰ ਜਿਵੇਂ ਭਾਈ ਗੁਰਦਾਸ ਜੀ ਨੇ ਬਚਨ ਕਹਿਣ ਭਾਗ ਨੀ ਭਾਵ ਨੀ ਭਗਤ ਪਾਏ ਕੌਡੀ ਅਗਰ ਭਾਗ ਰੱਖ ਹੈ ਤਾਂ ਇਹ ਗੁਰੂ ਸਰਵ ਨਿਧਾਨ ਦਾਨ ਦੇਤਾ ਹੈ ਐਸਾ ਪਲ ਦੇ ਵਿੱਚ ਲਾ ਦੇਣ ਵਾਲਾ ਫਲਾਂ ਦੇ ਤਾਈ ਨਰਸਤਵਾ ਨਰੇਸੰ ਨਰਸ ਨਰਸਤਵਾ ਨਰੇਸੰ ਠੀਕ ਹੈ ਨਰਸਤਵਾ ਨਰ ਪੁਰਖ ਰੂਪ ਵੀ ਤੂੰ ਆਪ ਹੈ
ਤੇ ਨਰੇ ਸਿੰਘ ਨਰ ਏ ਸਿੰਘ ਨਰ ਈਸ਼ਰ ਰੂਪ ਵੀ ਤੂੰ ਆਪ ਹੈ ਨਰੇਸ ਨਰ ਏਸ ਦਲਸਤਵਾ ਦਲੇ ਸਿੰਘ ਦਲਾਤ ਦਲ ਦੇਣ ਵਾਲਾ ਹੈ ਤੂੰ ਦਲੇ ਸਿੰਘ ਦਲ ਦਿੱਲੀ ਦੇ ਜਿਹੜੇ ਏ ਸਿੰਘ ਈਸ਼ਰ ਹੈ ਦਿੱਲੀ ਦੇ ਈਸ਼ਰਾਂ ਨੂੰ ਵੀ ਤੂੰ ਦਲ ਦੇਣ ਵਾਲਾ ਹੈ ਇਸ ਵਾਸਤੇ ਨਿਸ਼ਚਾ ਰੱਖੋ ਚਿੰਤਨ ਕਰੋ ਕਰੋ ਪਣਤਾਣੀ ਦੇ ਪਾਦੜੀ ਛੰਦ ਸਵੈ ਪ੍ਰਸਾਦ ਦਿਨ ਅਜਬ ਏਕ ਆਤਮਾ ਰਾਮ ਇੱਕ ਦਿਨ ਦੀ ਕਹਿੰਦੇ ਆਚਾਰਜ ਦੀ ਗੱਲ ਹੈ ਕਿ ਆਤਮਾ ਜੀਵ ਆਤਮਾ ਨੇ ਰਾਮ ਪਰਮੇਸ਼ਰ ਦੇ ਪਾਸ ਅਨੁਭਵ ਸਰੂਪ ਅਨਹਦ ਆਕਾਮ ਇਹ ਬੇਨਤੀ ਕੀਤੀ ਜਿਹੜਾ ਅਨੁਭਵ ਸਰੂਪ ਹੈ ਹੱਦ ਤੋਂ ਰਹਿਤ ਤੇ ਕਾਮਨਾ ਤੋਂ ਰਹਿਤ ਹੈ ਅਨਛਿਜ ਤੇਜ ਆਜਾਨ ਬਾਹੋ ਕੱਟਣ ਤੋਂ ਰਹਿਤ ਜਿਹਦਾ ਤੇਜ ਪ੍ਰਕਾਸ਼ ਹੈ ਲੰਮੀਆਂ ਭੁਜਾ ਵਾਲਾ ਹੈ ਜੋ ਰਾਜਾਨ ਰਾਜ ਸਾਹਾਨ ਸਾਹੋ ਉਹ ਰਾਜਾ ਰੂਪ ਹੈ ਰਾਜਾਂ ਦਾ ਰਾਜਾ ਸਾਹੂਕਾਰ ਦਾ ਸਾਹੂਕਾਰ ਰੂਪ ਹੈ ਤੇ ਸਵਾਸਾਂ ਦਾ ਸਵਾਸ ਰੂਪ ਹੈ ਉਚਰਿਓ ਆਤਮਾ ਪਰਮਾਤਮਾ ਸੰਗ ਉਹਦੇ ਬਾਰੇ ਪੁੱਛ ਰਿਹਾ ਹੈ ਉਚਰਿਓ ਸੋ ਉਚਾਰਿਆ ਹੈ ਪੁੱਛਿਆ ਹੈ ਆਤਮਾ ਜੀਵ ਆਤਮਾ ਨੇ ਪਰ ਆਤਮਾ ਪਰਮਾਤਮਾ ਜੋ ਪਰਮੇਸ਼ਰ ਹੈ ਉਸ ਦੇ ਨਾਲ ਉਹਦੇ ਕੋਲੋਂ ਪੁੱਛਿਆ ਹੈ ਜੀਵ ਆਤਮਾ ਨੇ ਪਰਮਾਤਮਾ ਨੂੰ ਤੇ ਸਿੱਖ ਨੇ ਸਤਿਗੁਰੂ ਨੂੰ ਕਿ ਜਿਹੜਾ ਪਰਮੇਸ਼ਰ ਜਿਹੜੇ ਪਿੱਛੇ ਗੁਣ ਦੱਸਿਆ ਹੈ ਅਨਭਵ ਸਰੂਪ ਅਨਹਦ ਅਕਾਮ ਅਨਛਿਜ ਤੇਜ ਆਜਾਨ ਬਾਹੋ ਰਾਜਾਨ ਰਾਜ ਤੇ ਸਹਾਨ ਸਾਹੋ ਐਸੇ ਸਰੂਪ ਵਾਲਾ ਜਿਹੜਾ ਹੈ ਉਹਦੇ ਬਾਰੇ ਖੋਲ ਕੇ ਦੱਸੋ ਤਾਂ ਗੁਰੂ ਸਾਹਿਬ ਸਿੱਖ ਨੂੰ ਉਪਦੇਸ਼ ਦਿੰਦੇ ਹਨ ਅੱਗੇ ਉਤ ਭੁਜ ਸਰੂਪ ਹੈ ਜੋ ਪੈਦਾ ਕਰਨ ਵਾਲਾ ਚਾਰ ਖਾਣੀਆਂ ਦੇ ਅਵਗਤ ਅਭੰਗ ਪ੍ਰਾਪਤ ਰੂਪ ਹੈ ਤੇ ਵਿਅਕਤੀਗਤ ਸਰੀਰ ਤੋਂ ਰਹਿਤ ਹੈ ਭੰਗ ਨਾਸ ਤੋਂ ਰਹਿਤ ਹੈ ਇਹ ਕੌਣ ਕੌਣ ਆਹੇ ਆਤਮਾ ਸਰੂਪ ਇਹ ਕੌਣ ਹੈ ਆਤਮਾ ਦਾ ਸਰੂਪ ਇਹਦੇ ਵਿੱਚ ਦੱਸੋ ਜੇ ਅਮਿਤ ਤੇਜ ਅਤਭੁਤ ਵਿਭੂਤ ਜਿਹੜਾ ਅਮਿਤ ਮਿਣਤੀ ਤੋਂ ਰਹਿ ਤੇਜ ਅੱਗੇ ਅਤਿਅੰਤ ਹੀ ਚਲੋ ਪੜ ਅਤਭੁਤ ਵਿਭੂਤ ਅਤਭੁਤ ਅਤਿਅੰਤ ਹੀ ਵਿਭੂਤ ਅੱਜ ਸਰੂਪ ਹੈ ਤੇ ਵਿਭੂਤੀ ਦੈਵੀ ਸੰਪਦਾ ਰੂਪ ਵਿਭੂਤੀ ਨਾਲ ਮਾਇਆ ਦਾ ਹੁੰਦਾ ਹੈ ਇੱਕ ਆਸਰੀ ਸੰਪਦਾ ਤੇ ਇੱਕ ਦੈਵੀ ਸੰਪਦਾ ਹੈ ਚੰਗੇ ਗੁਣ ਤੇ ਮਾੜੇ ਗੁਣ ਇਸ ਵਿਭੂਤੀ ਵਾਲਾ ਹੈ ਆਚਾਰਜ ਅਤਿਅੰਤ ਪ੍ਰਾਤਮਾ ਬਾਚ ਇਹ ਪਰਮਾਤਮਾ ਵੱਲੋਂ ਕਹਿੰਦੇ ਹਨ ਉਹ ਇਹੋ ਜਿਹਾ ਸੁਣੋ ਅੱਗੇ ਪ੍ਰਸ਼ਨ ਸਮਝਣੇ ਪਹਿਲੇ ਯਹ ਬ੍ਰਹਮ ਆਹੇ ਆਤਮਾ ਰਾਮ ਹੇ ਜੀਵ ਆਤਮਾ ਸੋ ਯਹ ਬ੍ਰਹਮ ਆਹੇ ਬ੍ਰਹਮ ਵਿਆਪਕ ਨੇ ਸਾਰਿਆਂ ਵਿੱਚ ਉਹੀ ਰਾਮ ਦਾ ਰੂਪ ਹੈ ਜਿਹ ਅਮਿਤ ਤੇਜ ਜਿਹਦਾ ਅਮਿਤ ਮਿਣਤੀ ਤੋਂ ਰਹਿਤ ਤੇਜ ਹੈ ਜਿਵੇਂ ਚੰਦਰਮਾ ਦਾ ਤੇਜ ਵੀ ਪੂਰਨਮਾਸੀ ਦੀ ਰਾਤ ਤੱਕ ਹੈ ਤੇ ਫਿਰ ਅਲੋਪ ਹੋ ਜਾਂਦਾ ਹੈ ਵਾਧਾ ਘਟਦਾ ਇਹੋ ਜਿਹਾ ਨਹੀਂ ਮਿਣਤੀ ਗਿਣਤੀ ਵਾਲਾ ਨਹੀਂ ਸੂਰਜ ਵੀ ਜਿਵੇਂ ਅੰਮ੍ਰਿਤ ਵੇਲੇ ਚੜ੍ਹੇ ਸ਼ਾਮ ਨੂੰ ਛਿਪ ਜਾਂਦਾ ਹੈ ਰਾਤ ਨੂੰ ਦਿਸਦਾ ਨਹੀਂ ਇਹੋ ਜਿਹਾ ਹੈ ਉਹਦਾ ਤੇਜ ਨਹੀਂ ਮਿਣਤੀ ਤੋਂ ਰਹਿਤ ਹੈ ਜਿਵੇਂ ਬਿਜਲੀ ਚਮਕਦੀ ਚਮਕਾਰਾ ਦੇਣ ਵੇਲੇ ਦਿਸਦੀ ਹੈ ਪਿੱਛੋਂ ਫਿਰ ਬੱਦਲਾਂ ਚੋਂ ਅਲੋਪ ਹੋ ਜਾਂਦੀ ਹੈ ਇਸੇ ਤਰ੍ਹਾਂ ਦੀਵੇ ਵਿੱਚ ਤੇਲ ਪਾਈਏ ਤੇ ਸੀਖ ਲਾ ਦਈਏ ਬੱਤੀ ਜਾਗਦੀ ਤੇਲ ਮੁੱਕ ਜਾਵੇ ਬੱਤੀ ਵੀ ਸੜ ਜਾਂਦੀ ਹੈ ਠੂਠੀ ਖਾਲੀ ਹੋਣ ਤੋਂ ਇਹੋ ਜਿਹਾ ਨਹੀਂ ਹੈ ਟਚਾਣਾ ਵੀ ਜਦੋਂ ਚਮਕਾਰਾ ਜਿਹਾ ਮਾਰਦਾ ਜਦੋਂ ਦਿਸਦਾ ਹੈ ਜਦੋਂ ਖੰਭ ਆਪਣੇ ਘੁਟਲੇ ਫਿਰ ਦਿਸਣ ਹਟ ਜਾਂਦਾ ਹੈ ਬੁੱਧੀ ਵੀ ਜਦੋਂ ਤੱਕ ਪਰਮੇਸ਼ਰ ਦੀ ਕਿਰਪਾ ਹੋਵੇ ਸੋ ਚੀਜ਼ਾਂ ਦੇ ਤਾਂ ਅਨੁਭਵ ਕਰਦੀ ਹੈ ਪ੍ਰਕਾਸ਼ ਦੇ ਸਹਿਤ ਜਦੋਂ ਆਪਣੀ ਜੋਤ ਨੂੰ ਖਿੱਚ ਲਵੇ ਉਹ ਵੀ ਅਭਾਵ ਹੋ ਜਾਂਦੀ ਹੈ ਨਾਸ ਹੋ ਜਾਂਦੀ ਹੈ ਇਹੋ ਜਿਹਾ ਉਹਦਾ ਤੇਜ ਨਹੀਂ ਜੇ ਅਮਿਤ ਤੇਜ ਮਿਣਤੀ ਤੋਂ ਰਹਿਤ ਤੇਜ ਹੈ ਪਰਮੇਸ਼ਰ ਦਾ ਥਾ ਛੇ ਜੋਤੀਆਂ ਤੋਂ ਵੀ ਉਹ ਸਮਰੱਥ ਹੈ ਪ੍ਰਕਾਸ਼ ਦੇਣ ਵਾਲਾ ਛਿਆਂ ਨੂੰ ਚੰਦਰਮਾ ਸੂਰਜ ਤਾਰੇ ਬਿਜਲੀ ਬੁੱਧੀ ਅੱਗ ਆਦਿਕ ਅਵਗਤ ਆਕਾਮ ਅਵਗਤ ਨੀਗਾ ਅਭਿਗਤ ਆਕਾਮ ਅਭਿਗਤ ਵਿਅਕਤੀਗਤ ਤੋਂ ਰਹਿਤ ਹੈ ਸੋ ਪ੍ਰਾਪਤ ਰੂਪ ਹੈ ਅਕਾਮ ਕਾਮਨਾ ਤੋਂ ਰਹਿਤ ਹੈ ਕਾਮ ਤੋਂ ਰਹਿਤ ਹੈ ਪਰਮੇਸ਼ਰ ਅਕਰੇ ਵਿਨਾਸ਼ੀ ਹੈ ਆਮ ਮੈਲ ਤੋਂ ਰਹਿਤ ਹੈ ਆਮ ਨਾਮ ਹੈ ਪ੍ਰਪੰਚ ਦਾ ਪ੍ਰਪੰਚ ਨਾਮ ਹੈ ਸੰਸਾਰ ਦਾ ਆਮ ਨਾਮ ਹੈ ਮੈਲ ਦਾ ਸੰਸਾਰ ਤੋਂ ਵੀ ਰਹਿਤ ਹੈ ਮੈਲ ਤੋਂ ਵੀ ਰਹਿਤ ਹੈ ਐਸਾ ਕਾਮਨਾ ਤੋਂ ਰਹਿਤ ਹੈ ਸਾਰਿਆਂ ਦੇ ਕੰਮ ਪੂਰੇ ਕਰਨ ਵਾਲਾ ਆਪ ਵਿਆਪਕ ਰੂਪ ਹੋਣ ਤੇ ਇਹ ਭੇਦ ਭਰਮ ਨਹੀਂ ਕਰਮ ਕਾਲ ਜਿਸ ਵਿੱਚ ਭੇਦ ਭਰਮ ਨਹੀਂ ਕਿਸੇ ਪ੍ਰਕਾਰ ਦਾ ਵੀ ਤੇ ਨਾ ਕੋਈ ਕਰਮ ਕਾਲ ਨਾ ਸਰੀਰ ਹੈ ਤੇ ਨਾ ਕਾਲ ਸਮਾਂ ਉਸਦਾ ਕੋਈ ਇਹ ਸੱਤਰ ਮਿੱਤਰ ਸਰਬਾ ਦਿਆਲ ਜਿਹਦਾ ਨਾ ਕੋਈ ਸੱਤਰ ਦੁਸ਼ਮਣ ਹੈ ਨਾ ਮਿੱਤਰ ਹੈ ਕੋਈ ਕਿ ਕਿਸੇ ਦੇ ਮੂੰਹ ਵਿੱਚ ਹੀ ਆ ਜਾਵੇ ਉਹ ਸਰਬਾ ਦਿਆਲ ਸਮੂਹ ਦੇ ਉੱਪਰ ਦਿਆਲਤਾ ਕਰਨ ਵਾਲਾ ਹੈ ਅਕਿਰਤ ਘਾਣਾ ਨੂੰ ਪਾਲਦਾ ਪਰ ਨਾਨਕ ਸਲਬਕ ਸਿੰਧ ਰੂਪ ਹੈ ਡੋਬਿਓ ਨਾ ਡੁੱਬੈ ਉਹ ਕੈਸਾ ਕਹਿੰਦੇ ਨਾ ਤਾਂ ਡੋਬਿਆ ਹੋਇਆ ਡੁੱਬਦਾ ਹੈ ਜਲ ਨਹੀਂ ਡੁੱਬਦਾ ਸੋਖਿਓ ਨਾ ਜਾ ਤੇ ਨਾ ਉਹ ਸੁਕਾਇਆ ਸੁੱਕੀ ਸੁੱਕਦਾ ਵੀ ਨਹੀਂ ਜਾਂ ਕੱਪੜੇ ਸੁੱਕ ਜਾਂਦੇ ਹੈ ਖਿੱਚਿਆ ਵੀ ਨਹੀਂ ਜਾਂਦਾ ਕੱਟਿਓ ਨਾ ਕੱਟਾ ਤੇ ਨਾ ਕੱਟਿਆ ਹੋਇਆ ਕਿਸੇ ਸ਼ਾਸਤਰ ਦੇ ਨਾਲ ਕੱਟੀਦਾ ਹੈ ਨਾ ਬਾਰਿਓ ਬਰਾਏ ਠੀਕ ਨਾ ਬਾਰਿਓ ਬਰਾਏ ਬਾਰਿਓ ਸਾੜਿਆ ਹੋਇਆ ਬਰਾਏ ਸੜਦਾ ਨਹੀਂ ਜਲ ਨਹੀਂ ਡੁੱਬਿਆ ਤਸਕਰ ਨਹੀਂ ਲੇਵਾ ਭਾਏ ਨਾ ਸਾਕਾ ਜਾਲੇ
ਸਾੜਿਆ ਹੋਇਆ ਬਰਾਏ ਸੜਦਾ ਨਹੀਂ ਬਰਾਇਓ ਬਾਰਿਓ ਸਾੜਨਾ ਤੇ ਬਰਾਏ ਸੜਨਾ ਛਿਜੈ ਨਾ ਨਾਇਕ ਛਿਜੈ ਨਾਸ ਨੀ ਹੁੰਦਾ ਜਾਂ ਕੱਟੀ ਦਾ ਨੀ ਨਾਇਕ ਥੋੜੇ ਮਾਤਰੇ ਦੀ ਸਤ ਸ਼ਸਤਰ ਪਾਤ ਸਤਨਾਮ ਇੱਥੇ ਤੱਤਾ ਮੁਕਤਾ ਸਤਨਾਮ ਸੌ ਦਾ ਹੈ ਤੇ ਸ਼ਸਤਰ ਪਾਤ ਸੌ ਸ਼ਸਤਰ ਵੀ ਵਾਹੀਏ ਚਲਾਈਏ ਤਾਂ ਪਾਤ ਨਾਸ ਨੀ ਹੁੰਦਾ ਜੇ ਸੱਤਰ ਮਿੱਤਰ ਨਹੀਂ ਜਾਤ ਪਾਤ ਜਿਹਦਾ ਨਾ ਕੋਈ ਦੁਸ਼ਮਣ ਹੈ ਨਾ ਮਿੱਤਰ ਹੈ ਨਾ ਜਾਤ ਜਾਤੀ ਹੈ ਨਾ ਪਾਤ ਪੰਗਤੀ ਹੈ ਕੋਈ ਸਤਰੂ ਸਹੰਸ ਸੱਤ ਸੱਤ ਪਰਕਾਏ ਪਰਕਾਏ ਸਤਰੂ ਦੁਸ਼ਮਣ ਸਹੰਸ ਹਜ਼ਾਰਾ ਹੀ ਸੱਤ ਸੱਤ ਸੈਂਕੜੇ ਸੈਂਕੜੇ ਵੇਰਾਂ ਪਰ ਵਿਸ਼ੇਸ਼ ਕਰਕੇ ਘਾਏ ਜ਼ਖਮੀ ਭਾਵੇਂ ਲਾਵੇ ਕੋਈ ਜੈ ਨਾ ਨਾਇਕ ਥੋੜੇ ਮਾਤਰ ਵੀ ਨੀ ਕੱਟਿਆ ਜਾਂਦਾ ਉਹ ਖੰਡਿਓ ਨਾ ਜਾਏ ਟੁਕੜਾ ਨੀ ਉਹਦਾ ਕੋਈ ਹੋ ਸਕਦਾ ਭਾਈ ਨਹੀਂ ਜਰਾ ਨਾਇਕ ਨਹੀਂ ਜਰਾ ਸੜਦਾ ਨਾਇਕ ਰੋਮ ਮਾਤਰ ਵੀ ਪਾਵਕ ਮੁਝਾਰ ਅੱਗ ਦੇ ਮੁਝਾਰ ਵਿੱਚ ਬੋਰੋ ਨਾ ਸਿੰਧ ਬੋਰੋ ਬੋਰਾ ਨਾ ਸਿੰਧ ਸਿੰਧ ਸਮੁੰਦਰ ਵਿੱਚ ਵੀ ਬੋਰਾ ਡੁੱਬਦਾ ਨਹੀਂ ਸੁੱਖ ਹੈ ਨਾ ਬਿਆਰ ਬਿਆਰ ਹਵਾ ਨੀ ਸੁਕਾ ਸੁਕਾ ਸਕਦੀ ਇੱਕ ਕਰਿਓ ਪ੍ਰਸਨ ਆਤਮਾ ਦੇਵ ਇਸ ਤਰ੍ਹਾਂ ਇੱਕ ਕਰਿਓ ਪ੍ਰਸਨ ਇੱਕ ਕਰਿਓ ਪ੍ਰਸਨ ਆਤਮਾ ਦੇਵ ਆਤਮਾ ਜੀਵ ਆਤਮਾ ਨੇ ਸੋ ਪਰਮੇਸ਼ਰ ਦੇ ਅੱਗੇ ਤੇ ਸਿੱਖ ਨੇ ਗੁਰੂ ਦੇ ਅੱਗੇ ਦੇਵ ਨਾਮ ਗੁਰੂ ਦਾ ਹੈ ਗੁਰਦੇਵ ਪੂਜਨੀ ਪਰਮੇਸ਼ਰ ਦੇ ਅੱਗੇ ਬਚਨ ਕੀਤਾ ਅਨਭੰਗ ਰੂਪ ਅਨਭੰਗ ਭੰਗ ਨਾਸ ਤੋਂ ਰਹਿਤ ਸਰੂਪ ਅਨਭਉ ਅਭੇਵ ਅਨਭਉ ਡਰ ਤੋਂ ਰਹਿਤ ਭੇਦ ਭੇਦ ਪਾਉਣ ਤੋਂ ਰਹਿਤ ਜਹ ਚਤਰ ਵਰਗ ਸੰਸਾਰ ਦਾਨ ਜਹ ਚਤਰ ਵਰਗ ਚਾਰ ਤਰੀਕਿਆਂ ਦੇ ਨਾਲ ਸੰਸਾਰ ਦੇ ਜਿਹੜੇ ਦਾਨ ਦਿੰਦੇ ਚਾਰ ਵਰਗਾਂ ਦੇ ਤਰ੍ਹਾਂ ਦੇ ਕਿਹੋ ਚਤਰ ਵਰਗ ਕਿਜੈ ਵਖਿਆਨ ਇਹ ਜਿਹੜੇ ਚਤਰ ਚਾਰ ਤਰ੍ਹਾਂ ਦਾ ਦਾਨ ਉਹਨਾਂ ਦਾ ਵਖਿਆਨ ਕਰਕੇ ਦੱਸੋ ਦੱਸਣਗੇ ਅੱਗੇ ਲਿਖਿਆ ਹੋਇਆ ਇੱਕ ਰਾਜ ਧਰਮ ਇੱਕ ਇੱਕ ਪੜੀ ਚਰਨ ਇੱਕ ਰਾਜ ਧਰਮ ਇੱਕ ਤਾਂ ਰਾਜੇ ਹਨ ਭਾਈ ਉਹ ਪੁੰਨ ਦਾਨ ਕਰਦੇ ਆ ਇਹ ਦਾਨ ਦਿੰਦੇ ਆ ਰਾਜੇ ਹੋ ਕਰਕੇ ਦਾਨ ਕਰਨਾ ਕਿ ਧਰਮ ਪੁੰਨ ਦਾ ਕੰਮ ਹੈ ਰਾਜੇ ਹੋ ਕੇ ਜੱਗ ਆਦਿ ਕਲਾਉਣੇ ਇਹਨੂੰ ਰਾਜ ਧਰਮ ਇੱਕ ਇਹ ਦਾਨ ਮੰਨਿਆ ਗ੍ਰੰਥਾਂ ਨੇ ਇੱਕ ਦਾਨ ਧਰਮ ਤੇ ਇੱਕ ਜਾ ਕਰਕੇ ਤੀਰਥਾਂ ਦੇ ਕਿਨਾਰਿਆਂ ਤੇ ਇੱਛਾ ਤੋਂ ਰਹਿਤ ਹੋ ਕੇ ਦਾਨ ਕਰਨਾ ਇਹਨੂੰ ਧਰਮ ਮੰਨਿਆ ਦੋ ਹੋ ਗਏ ਇੱਕ ਤਾਂ ਜੱਗ ਲਾਉਣੇ ਤੇ ਇੱਕ ਦਾਨ ਕਰਨਾ ਦੋ ਹੋ ਗਏ ਇੱਕ ਭੋਗ ਧਰਮ ਤੇ ਇੱਕ ਭੋਗਾਂ ਨੂੰ ਭੋਗਣਾ ਇਹਨੂੰ ਧਰਮ ਮੰਨਿਆ ਕਈਆਂ ਨੇ ਇੱਕ ਮੋਸ਼ ਕਰਮ ਤੇ ਇੱਕ ਮੋਸ਼ ਮੁਕਤੀ ਦੇ ਕਰਮ ਕਰਦੇ ਹਨ ਇਹ ਚਾਰ ਪ੍ਰਕਾਰ ਦਾ ਦਾਨ ਹੈ ਇਹ ਚਤੁਰ ਵਰਗ ਸਭ ਜਗ ਭਨੰਤ ਇਹ ਚਤੁਰ ਚਾਰ ਵਰਗ ਪ੍ਰਕਾਰ ਦੇ ਸਾਰੇ ਜਗ ਸੰਸਾਰ ਦੇ ਵਿੱਚ ਭਨੰਤ ਕਹੀ ਦੇ ਹਨ ਭਨਦੇ ਉਚਾਰਦੇ ਹਨ ਤੇ ਆਤਮਾ ਪ੍ਰਾਤਮਾ ਪਛੰਤ ਇਹ ਆਤਮਾ ਸੇ ਉਹ ਆਤਮਾ ਜੀਵ ਆਤਮਾ ਪਰਮਾਤਮਾ ਦੇ ਪਾਸੋਂ ਪਛੰਤ ਪੁੱਛਦਾ ਹੈ ਜੇ ਚਾਰ ਪ੍ਰਕਾਰ ਦੇ ਧਰਮ ਇਹਦੇ ਬਾਰੇ ਖੋਲ ਕੇ ਦੱਸੋ ਵੀ ਕੀ ਚੀਜ਼ ਹੈ ਇੱਕ ਰਾਜ ਧਰਮ ਠੀਕ ਹੈ ਇੱਕ ਰਾਜ ਧਰਮ ਜੱਗ ਕਰਨਾ ਇੱਕ ਧਰਮ ਦਾਨ ਇੱਕ ਧਰਮ ਪੁੰਨ ਸਮਝ ਕੇ ਪੁੰਨ ਦਾ ਸਮਾਂ ਜਾਣ ਕੇ ਦਾਨ ਕਰਨਾ ਇੱਕ ਭੋਗ ਧਰਮ ਇੱਕ ਭੋਗਾਂ ਨੂੰ ਭੋਗਣ ਦਾ ਧਰਮ ਸਮਝਦੇ ਹੈ ਇੱਕ ਮੋਸ਼ਵਾਨ ਇੱਕ ਮੁਕਤੀ ਵਾਲੇ ਹਨ ਤੁਮ ਕਹੋ ਚਤਰ ਚਤਰੇ ਵਿਚਾਰ ਤੁਸੀਂ ਕਹੋ ਚਤਰ ਚਾਰੇ ਚਤਰੇ ਸ੍ਰੇਸ਼ਟਾਈ ਦੇ ਸਹਿਤ ਵਿਚਾਰ ਕਰਕੇ ਚੌਹਾਂ ਦੀ ਜੇ ਤਰਕਾਲ ਭਏ ਯੁਗ ਅਪਾਰ ਜੇ ਤਰਕਾਲ ਭਏ ਯੁਗ ਅਪਾਰ ਜਿਹੜੇ ਤਿੰਨਾਂ ਕਾਲਾ ਸਮੇਂ ਦੇ ਵਿੱਚ ਹੋਏ ਹਨ ਯੁਗ ਪਾਰਾ ਵਾਰ ਤੋਂ ਰਹਿਤ ਵਰਣਨ ਕਰੋ ਤੁਮ ਪ੍ਰਥਮ ਦਾਨ ਪਹਿਲਾਂ ਕਹਿੰਦੇ ਵਰਣਨ ਕਰਦੇ ਹਨ ਪਹਿਲੇ ਦਾਨ ਦਾ ਉਹਦਾ ਵਰਣਨ ਕਰਕੇ ਦੱਸੋ ਜਿਮ ਦਾਨ ਧਰਮ ਕਿੰਨੇ ਨਿਰਪਾਨ ਜਿਮ ਜਿਵੇਂ ਦਾਨ ਕੀਤਾ ਧਰਮ ਪੁੰਨ ਜਾਣ ਕੇ ਕਿੰਨੇ ਕਿਤਨੇ ਨਿਰਪਾਨ ਰਾਜਿਆਂ ਨੇ ਸਤਯੁਗ ਕਰਮ ਸੁਰਦਾਨ ਦੰਤ ਹਾਂਜੀ ਸਤਯੁਗ ਕਰਮ ਸੁਰਦਾਨ ਦੰਤ ਸਤਯੁਗ ਦੇ ਵਿੱਚ ਕਹਿੰਦੇ ਇਸ ਕਰਮ ਨੂੰ ਚੰਗਾ ਮੰਨਿਆ ਸੀ ਸੁਰ ਆਦਿਕ ਤੇ ਜਿਹੜੇ ਦੰਤ ਨਾਲ ਦੰਤਾਂ ਦਾ ਇਹਨਾਂ ਨੂੰ ਦਾਨ ਕਰਨਾ ਇਹ ਚੰਗਾ ਮੰਨਦੇ ਸੀ ਕੁਮਾਰ ਦਾਨ ਕੀਨੇ ਅਕੰਥ ਅਕੰਥ ਕਥਨ ਤੋਂ ਰਹਿਤ ਫੇਰ ਪੜੋ ਪਹਿਲੀ ਪੰਗਤੀ ਸਤਯੁਗ ਕਰਮ ਸੁਰ ਦਾਨ ਦੰਤ ਦੰਤ ਨਾਮ ਇੱਥੇ ਹਾਥੀ ਦਾ ਹੈ ਸਤਯੁਗ ਦੇ ਵਿੱਚ ਇਹ ਕਰਮ ਨੂੰ ਚੰਗਾ ਮੰਨਿਆ ਸੀ ਕਿ ਸੁਰ ਦੇਵਤਿਆਂ ਦੇ ਤਾਂ ਦਾਨ ਦੇਣਾ ਦੰਤ ਹਾਥੀਆਂ ਦਾ ਹਾਂਜੀ ਕੁਮਾਰ ਦਾਨ ਕੀਨੇ ਅਕੰਥ ਤੇ ਕੁਮਾਰ ਦਾ ਦਾਨ ਕੀਤਾ ਹੈ ਅਕੰਥ ਕਥਨ ਤੋਂ ਰਹਿਤ ਤ੍ਰੈ ਯੁਗ ਮਹੀਪ ਬਰਨੇ ਨਾ ਜਾਤ ਤ੍ਰੇਤ ਦੁਆਪਰ ਤੱਕ ਤਿੰਨਾਂ ਯੁੱਗਾਂ ਵਿੱਚ ਇਤਨੇ ਲੋਕਾਂ ਨੇ ਦਾਨ ਕੀਤਾ ਮਹਾਰਾਜ ਕਹਿੰਦੇ ਕਥਨ ਕਰਕੇ ਦੱਸੇ ਨਹੀਂ ਜਾਂਦੇ ਗਾਥਾ ਅਨੰਤ ਉਪਮਾ ਆਗਾਤ ਗਾਥਾ ਜਿਹੜੀ ਕਥਨੀ ਉਹ ਅੰਤ ਤੋਂ ਰਹਿਤ ਉਪਮਾ ਮਹਿਮਾ ਵੀ ਜਿਹੜੀ ਉਹਨਾਂ ਦੀ ਆਗਾਤ ਸੋ ਜਾਣੀ ਨਹੀਂ ਜਾਂਦੀ
ਜੋ ਕੀਏ ਜਗਤ ਮੈਂ ਜਗ ਧਰਮ ਜਿਨ੍ਹਾਂ ਨੇ ਜਗਤ ਦੇ ਵਿੱਚ ਜਗ ਧਰਮ ਜਗ ਪੁੰਨ ਕੀਤੇ ਹਨ ਧਰਮ ਨਾਲ ਪੁੰਨ ਦਾ ਹੈ ਵਰਨੇ ਧਰਮ ਨਾਲ ਸੁਭਾਅ ਦਾ ਵੀ ਹੁੰਦਾ ਧਰਮ ਨਾਲ ਧਰਮ ਦਾ ਵੀ ਹੁੰਦਾ ਜਿਵੇਂ ਧਰਮ ਮੰਨੇ ਹਨ ਸੋ ਗ੍ਰਿਸਤ ਧਰਮ ਵਾਲਕ ਸਾਰਿਆਂ ਤੋਂ ਸ਼੍ਰੋਮਣੀ ਮੰਨੇ ਨੂੰ ਧਰਮ ਕਿਹਾ ਹੈ ਸਿੱਖੀ ਧਰਮ ਹੈ ਹਿੰਦੂ ਧਰਮ ਹੈ ਮੁਸਲਮਾਨ ਧਰਮ ਹੈ ਇਹ ਵੀ ਇਹਦਾ ਨਾਮ ਵੀ ਧਰਮ ਹੈ ਧਰਮ ਨਾਲ ਸੁਭਾਅ ਦਾ ਵੀ ਹੁੰਦਾ ਹੈ ਧਰਮ ਨਾਲ ਪੁੰਨ ਦਾ ਵੀ ਹੈ ਚਲੋ ਵਰਨੇ ਨਾ ਜਾਹੇ ਤੇ ਅਮਿਤ ਕਰਮ ਉਹ ਵਰਨੇ ਕਥਨ ਕਰਕੇ ਨੀ ਦੱਸੇ ਜਾ ਸਕਦੇ ਮਿਣਤੀ ਤੋਂ ਰਹਿਤ ਕਰਮ ਕੀਤੇ ਲੋਕਾਂ ਨੇ ਇਹਨਾਂ ਤਿੰਨਾਂ ਯੁੱਗਾਂ ਵਿੱਚ ਕਲਯੁਗ ਤੇ ਆਦ ਜੋ ਭਏ ਮਹੀਪ ਕਲਯੁਗ ਤੋਂ ਆਦ ਲੈ ਕੇ ਜਿਹੜੇ ਭਏ ਹੋਏ ਮਹੀਪ ਰਾਜੇ ਇਹ ਭਰਤ ਖੰਡ ਮਹ ਜੰਬੂ ਦੀਪ ਇਹ ਜੰਬੂ ਦੀਪ ਦੇ ਵਿੱਚ ਹੀ ਆ ਭਰਤ ਖੰਡ ਜਿਹਨੂੰ ਭਾਰਤ ਆਪਾਂ ਕਹਿ ਰਹੇ ਹੁਣ ਤਵੇ ਬਾਲ ਪ੍ਰਤਾਪ ਵਰਨ ਸੋ ਤੈਂ ਇਹ ਪਰਮੇਸ਼ਰ ਤੋਏ ਬਾਲ ਪ੍ਰਤਾਪ ਵਰਨ ਸੋ ਤੈਨ ਤਿੰਨਾਂ ਦੇ ਤਾਂ ਹੀ ਤੇਰੇ ਬਲ ਕਰਕੇ ਅਸੀਂ ਵਰਨ ਕਰ ਦਿੰਦਾ ਸੀ ਪਾਤਸ਼ਾਹ ਕਹਿੰਦੇ ਹਨ ਰਾਜਾ ਜੁਧਿਸ਼ਠਿਰ ਭੂ ਭਰਥ ਏਨ ਪਹਿਲਾਂ ਕਹਿੰਦੇ ਰਾਜਾ ਜੁਧਿਸ਼ਠਿਰ ਹੋਇਆ ਭੂ ਭਰਥ ਭਰਥ ਭਾਰਤ ਲੋਕ ਜਿਹੜਾ ਹੋਇਆ ਨਾ ਧਰਤੀ ਇਹਦੇ ਵਿੱਚ ਖੰਡੇ ਅਖੰਡ ਅਖੰਡੇ ਖੰਡ ਉਹਨੇ ਖੰਡ ਜਿਹੜੇ ਸੀ ਨਾ ਉਹ ਟੁਕੜੇ ਟੁਕੜੇ ਕਰ ਦਿੱਤੇ ਚਤਰ ਖੰਡ ਜਿਹੜੇ ਚਾਰੇ ਖੰਡ ਹਨ ਪੈਰੋਂ ਕੁਰਖੇਤਰ ਮਾਰੇ ਪ੍ਰਚੰਡ ਪੈਰਵਾਂ ਨੂੰ ਮਾਰਨਾ ਕੀਤਾ ਕੁਰਖੇਤਰ ਦੇ ਵਿੱਚ ਤਿੱਖੇ ਹੋ ਕੇ ਜਿਹੜੇ ਤਿੱਖੇ ਸੀ ਉਹਨਾਂ ਨੂੰ ਮਾਰ ਦਿੱਤਾ ਜੇ ਚਤਰ ਕੁੰਡ ਜਿੱਤਿਓ ਦੋ ਵਾਰ ਦੋ ਵੇਰਾਂ ਚਤਰ ਚਾਰ ਤੇ ਕੁੰਡ ਕੁੰਟਾਂ ਚੌਂ ਕੁੰਟਾਂ ਨੂੰ ਦੋ ਵੇਰਾਂ ਜਿੱਤੇ ਨੇ ਕੌਣ ਤੇ ਜੁਧਿਸ਼ਠਿਰ ਨੇ ਅਰਜਨ ਭੀਮ ਆਦਿ ਭਰਾਤਾ ਜੁਝਾਰ ਅਰਜਨ ਤੇ ਭੀਮ ਆਦਿ ਕਰੇ ਭਰਾਤਾ ਭਰਾ ਹੋਏ ਜੁਝਾਰੂ ਅਰਜਨ ਪਠਿਓ ਉੱਤਰ ਦਿਸ਼ਾਨ ਅਰਜਨ ਨੂੰ ਭੇਜ ਦਿੱਤਾ ਉੱਤਰ ਵਾਲੇ ਪਾਸੇ ਨੂੰ ਦਿਸ਼ਾ ਨੂੰ ਭੀਮ ਹੈ ਕਰਾਏ ਪੂਰਵ ਪਿਆਨ ਇਹਨੂੰ ਪੂਰਵ ਵਾਲੇ ਪਾਸੇ ਤੋਰ ਦਿੱਤਾ ਭੀਮ ਸੈਨ ਨੂੰ ਸਹਿਦੇਵ ਪਠਿਓ ਦੱਖਣ ਸੋ ਦੇ ਇਹਨੂੰ ਦੱਖਣ ਦੇ ਇਲਾਕੇ ਨੂੰ ਸਹਿਦੇਵ ਨੂੰ ਭੇਜ ਦਿੱਤਾ ਨੁਕਲ ਹੈ ਪਠਾਏ ਪੱਛਮ ਪ੍ਰਵੇਸ਼ ਤੇ ਨੁਕਲ ਨੂੰ ਪੱਛੋ ਦੀ ਤਰਫ ਨੂੰ ਪ੍ਰਵੇਸ਼ ਕਰ ਦਿੱਤਾ ਭੇਜ ਦਿੱਤਾ ਮੰਡੇ ਮਹੀਪ ਖੰਡਿਓ ਖਤਰਾਨ ਮੰਡੇ ਮਹੀਪ ਬਣਾਉਣਾ ਕੀਤੇ ਰਾਜੇ ਤੇ ਖੰਡਣਾ ਕੀਤਾ ਖਤਰਾਨ ਸੂਰਮੇ ਨੂੰ ਕੱਟਣਾ ਕੀਤਾ ਖਤਰਾਨ ਸੂਰਮੇ ਨੂੰ ਕਹਿੰਦੇ ਆ ਜਿੱਤੇ ਅਜੀਤ ਮੰਡੇ ਮਹਾਨ ਜਿੱਤ ਲੈਣੇ ਅਜੀਤ ਜਿੱਤਣ ਤੋਂ ਰਹਿਤ ਸੀ ਮੰਡੇ ਬਣਾ ਦਿੱਤੇ ਮਹਾਨ ਬਹੁਤੇ ਵੱਡੇ ਰਾਜੇ ਖੰਡਿਓ ਸੋ ਉੱਤਰ ਖੁਰਾਸਾਨ ਦੇਸ਼ ਹਾਂਜੀ ਖੰਡਿਓ ਸੋ ਉੱਤਰ ਖੁਰਾਸਾਨ ਦੇਸ਼ ਖੰਡਿਓ ਕੱਟਣਾ ਕੀਤਾ ਸੋ ਉੱਤਰ ਪਹਾੜਾਂ ਵਾਲੇ ਪਾਸੇ ਦਾ ਖੁਰਾਸਾਨ ਦੇਸ਼ ਦਾ ਨਾਮ ਹੈ ਉਹਨੂੰ ਕੱਟਿਆ ਜਾ ਕੇ ਅਧੀਨ ਕੀਤਾ ਦਕਸ਼ਨ ਪੂਰਬ ਜੀਤੇ ਨਰੇਸ਼ ਦੱਖਣ ਤੇ ਪੂਰਬ ਦੇ ਇਲਾਕੇ ਦੇ ਰਾਜੇ ਵੀ ਜਿੱਤ ਲਏ ਖੱਗ ਖੰਡ ਖੰਡ ਜੀਤੇ ਮਹੀਪ ਖੱਗ ਖੰਡ ਤਲਵਾਰ ਦੇ ਨਾਲ ਖੰਡ ਖੰਡ ਟੁਕੜੇ ਟੁਕੜੇ ਕਰਕੇ ਜੀਤੇ ਜਿੱਤ ਲਏ ਮਹੀਪ ਰਾਜੇ ਵੱਜੋ ਨਿਸ਼ਾਨ ਇਹ ਜੰਬੂ ਦੀ ਜੰਬੂ ਦੀ ਭਾਰਤ ਵਰਸ਼ ਦੇ ਵਿੱਚ ਨਿਸ਼ਾਨ ਧੌਂਸਾ ਵੱਜਿਆ ਇਹਦਾ ਯੁਧਿਸ਼ਠਿਰ ਦਾ ਇੱਕ ਠੌਰ ਕੀਏ ਸਭ ਦੇਸ਼ ਰਾਓ ਹਾਂਜੀ ਇੱਕ ਠੌਰ ਕੀਏ ਸਭ ਦੇਸ਼ ਰਾਓ ਸਭ ਸਾਰੇ ਦੇਸਾਂ ਦੇ ਰਾਓ ਰਾਜੇ ਇੱਕ ਠੌਰ ਇੱਕ ਜਗ੍ਹਾ ਵਿੱਚ ਇਕੱਠੇ ਕਰ ਲਏ ਨੇ ਬੰਨ ਕੇ ਮੱਖ ਰਾਜਸੂ ਕੋ ਕੀਓ ਚਾਓ ਮੱਖ ਜੱਗ ਰਾਜਸੂ ਰਾਜਿਆਂ ਦਾ ਸੋ ਇਹ ਰਾਜਾਂ ਦਾ ਜੱਗ ਕਰਨ ਦਾ ਚਾਅ ਇਹਨੇ ਕੀਤਾ ਉਦਮ ਸਭ ਦੇਸ਼ ਦੇਸ਼ ਪੱਠੇ ਸੋ ਪੱਤਰ ਸਾਰਿਆਂ ਦੇਸਾਂ ਪ੍ਰਦੇਸਾਂ ਦੇ ਪੱਤਰ ਚਿੱਠੀਆਂ ਭੇਜ ਦਿੱਤੀਆਂ ਜਿੱਤ ਜਿੱਤ ਗੁਨਾਡ 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 ਕੀਏ ਇਕੱਤਰ ਜਿੱਥੇ ਜਿੱਥੇ ਜਿੱਥੋਂ ਜਿੱਥੇ ਸਨ ਗੁਨਾਡ ਗੁਣੀ ਗੁਣਾਂ ਵਾਲੇ ਉਹਨਾਂ ਨੂੰ ਇਕੱਤਰ ਕਰ ਲਿਆ ਸਾਧ ਕੇ ਗੁਨਾਡ ਨਾਲ ਗੁਣਾਂ ਦਾ ਮੱਖ ਰਾਜਸੂ ਕੋ ਕੀਓ ਆਰੰਭ ਇਹ ਰਾਜਸੀ ਰਾਜਸੂ ਜੱਗ ਜਿਹੜਾ ਸੀ ਉਹਨੂੰ ਸ਼ੁਰੂ ਕਰ ਦਿੱਤਾ ਇਸਨੇ ਨ੍ਰਿਪ ਬਹੁ ਬੁਲਾਏ ਭਾਗਵਤ ਦੀ ਕਥਾ ਸੰਗ੍ਰਹਿ ਦਾ ਲੱਥਾ ਹੈ ਨ੍ਰਿਪ ਬਹੁ ਬੁਲਾਏ ਜਿੱਤੇ ਅਸੰਭ ਬਹੁਤੇ ਰਾਜੇ ਬੁਲਾਏ ਸਾਂਭਣ ਤੋਂ ਰਹਿਤ ਸਨ ਵਾਲ ਛੰਦ ਕੋਟ ਕੋਟ ਬੁਲਾਏ ਰਿਜਤ ਰਿਜਤ ਰਿਤਜ ਪਰਾਉਣਾ ਕੀਤੇ ਰਿਤਜ ਹੁੰਦਾ ਜਿਹੜਾ ਆਹੂਤੀ ਪਾਉਣ ਵਾਲਾ ਘਿਓ ਪਾਉਂਦਾ ਨਾ ਅੱਗ ਤੇ ਉਹਨੂੰ ਰਿਤਜ ਕਹਿੰਦੇ ਬ੍ਰਾਹਮਣ ਨੂੰ ਕੋਟ ਬ੍ਰਹਮ ਬੁਲਾਏ ਕਰੋੜਾਂ ਬ੍ਰਹਮੇ ਬੁਲਾ ਲੈ ਰਿਤ ਚ ਘਿਓ ਪਾਉਣ ਵਾਲੇ ਹੁਤੀ ਪਾਉਣ ਵਾਲੇ ਕੋਟ ਕੋਟ ਬਣਾਏ ਵਿੰਜਨ ਸੋ ਇਸ ਤਰ੍ਹਾਂ ਕਰੋੜਾਂ ਕਰੋੜਾਂ ਪ੍ਰਕਾਰ ਦੇ ਵਿੰਜਨ ਭੋਜਨ ਬਣਾਉਣਾ ਕੀਤੇ ਭੋਗੀਏ ਬਹੁ ਭਾਏ ਭੋਗਣਾ ਕੀਤਾ ਬਹੁਤੇ ਭਾਏ ਪ੍ਰੇਮ ਦੇ ਨਾਲ ਜਤਰ ਤਤਰ ਸਮਗਰ ਕਾ ਜਿੱਥੇ ਕਿੱਥੇ ਸਮਗਰ ਕਾ ਸਮਗਰੀ ਕਹੂੰ ਲਾਗ ਹੈ ਨਿਰਪਰਾਏ ਕਿੱਥੋਂ ਕਹੂੰ ਲਾਗ ਹੈ ਲਿਆ ਰਹੇ ਨਿਰਪਰਾਏ ਰਾਜੇ ਰਾਜ ਸੂਏ ਕਰਹਿ ਲੱਗੇ ਇਹ ਰਾਜਸੂ ਜਗ ਲੱਗ ਪਏ ਕਰਨ ਸਭ ਧਰਮ ਕੋ ਚਿੱਤ ਚਾਏ ਸਾਰੇ ਧਰਮਾਂ ਦਾ ਚਿੱਤ ਕਰਕੇ ਵੀ ਚੰਗਾ ਪੁੰਨ ਦਾ ਸਮਾਂ ਹੈ ਏਕ ਏਕ ਸਵਰਨ ਕੋ ਇੱਕ ਇੱਕ ਸਵਰਨ ਦਾ ਦਿਜ ਏਕ ਦੀਜੈ ਭਾਰ ਇੱਕ ਪੰਡਿਤ ਨੂੰ ਇੱਕ ਭਾਰ ਦੇਣਾ ਕੀਤਾ ਦੁਆਪਰ ਦੀ ਗੱਲ ਹੈ ਅੱਠ ਮਣ ਕਹਿੰਦੇ ਹੈ ਸੋਲਾਂ ਮਣ ਨੂੰ ਭਾਰ ਕਹਿੰਦੇ ਸੀਗੇ ਸਤਿਯੁਗ ਵਿੱਚ ਤੇ ਬਾਰਾਂ ਮਣ ਨੂੰ ਤ੍ਰੇਤੇ ਵਿੱਚ ਤੇ ਅੱਠ ਮਣ ਨੂੰ
ਦੁਆਪਰ ਵਿੱਚ ਤੇ ਚਾਰ ਮਨ ਦਾ ਭਾਰ ਮੰਨਿਆ ਕਲਯੁਗ ਵਿੱਚ ਤੇ ਦੁਆਪਰ ਦੇ ਜੰਗ ਦਾ ਕਥਨ ਹੋ ਰਿਹਾ ਹੈ ਅੱਠ ਮਨ ਸੋਇਨ ਇੱਕ ਪੰਡਿਤ ਨੂੰ ਦੇਣਾ ਕੀਤਾ ਇੱਕ ਸੌ ਗਜ ਇੱਕ ਸੌ ਰਥ ਇਹ ਗਿਣਤੀ ਕਰਕੇ ਮਹਾਰਾਜ ਦੱਸ ਰਿਹਾ ਨੇ ਕੀ ਦਿੱਤਾ ਉਹਨਾਂ ਪੰਡਿਤਾਂ ਨੂੰ ਹੋਰ ਨਾਲ ਹੁਣ ਪੰਡਿਤ ਔਖੇ ਨੇ ਹੁਣ ਕੋਈ ਧੇਲਾ ਨੀ ਦਿੰਦਾ ਉਦੋਂ ਇਹਨਾਂ ਨਾਲ ਮਿਲਦਾ ਰਿਹਾ ਇੱਕ ਸੌ ਗਜ ਇੱਕ ਸੌ ਗਜ ਇੱਕ ਸੌ ਹਾਥੀ ਇੱਕ ਸੌ ਰਥ ਦਿੱਤਾ ਦੋਏ ਸਹੰਸਰ ਤੁਖਾਰ ਦੋ ਹਜ਼ਾਰ ਊਠ ਦਿੱਤੇ ਹੰਸ ਚਤਰ ਸਵਰਨ ਸਿੰਘੀ ਸਵਰਨ ਸਿੰਘੀ ਸੋਨੇ ਦੇ ਸਿੰਘਾਂ ਵਾਲੀਆਂ ਸਹੰਸ ਚਤਰ ਚਾਰ ਹਜ਼ਾਰ ਗਊਆਂ ਦਿੱਤੀਆਂ ਜਿਨ੍ਹਾਂ ਦੇ ਸਿੰਘਾਂ ਉੱਪਰ ਸੋਨਾ ਚਾੜਿਆ ਹੁੰਦਾ ਸੀ ਬਣਾ ਕੇ ਚਾਰ ਹਜ਼ਾਰ ਉਹ ਦਿੱਤੀਆਂ ਕਿੰਨਾ ਸੋਨਾ ਬਣ ਗਿਆ ਉਹ ਮਹਿਕਦਾਨ ਅਪਾਰ ਤੇ ਝੋਟਿਆਂ ਦੀ ਤਾਂ ਗਿਣਤੀ ਕੋਈ ਨੀ ਮੱਝਾਂ ਦੀ ਬਹੁਤ ਦਿੱਤੀਆਂ ਇੱਕ ਇੱਕ ਹੈ ਦੀਜੀ ਸੁਨ ਰਾਜ ਰਾਜ ਅਵਤਾਰ ਇੱਕ ਇੱਕ ਹੈ ਦੀਜੀ ਹੈ ਇੱਕ ਇੱਕ ਨੂੰ ਇਹਨਾਂ ਇਹਨਾਂ ਦੇਣਾ ਕੀਤਾ ਸੁਨ ਰਾਜ ਰਾਜ ਅਵਤਾਰ ਸੁਣਨਾ ਕਰੋ ਇਹ ਰਾਜ ਜਿਹੜੇ ਰਾਜਾਂ ਦੇ ਅਵਤਾਰ ਮੁਖੀ ਸਵਰਨ ਦਾਨ ਸੋ ਰੁਕਮ ਦਾਨ ਸਵਰਨ ਸੋਨੇ ਦਾ ਦਾਨ ਰੁਕਮ ਚਾਂਦੀ ਨੂੰ ਕਹਿੰਦੇ ਹੈ ਚਾਂਦੀ ਦਾ ਦਾਨ ਵੀ ਦਿੱਤਾ ਸੋ ਤਾਂਬਰ ਦਾਨ ਅਨੰਤ ਅਨੰਤ ਗਿਣਤੀ ਤੋਂ ਰਹਿ ਤਾਂਬਰ ਪੈਸਿਆਂ ਦਾ ਦਾਨ ਦਿੱਤਾ ਤਾਂਬੇ ਦੇ ਪੈਸੇ ਹੁੰਦੇ ਸੀ ਅੰਨ ਦਾਨ ਅਨੰਤ ਦੀਜਤ ਅੰਨ ਦੀ ਤਾਂ ਗਿਣਤੀ ਕੋਈ ਨੀ ਰਹੀ ਇਹਨਾਂ ਦਿੱਤਾ ਦੇਖ ਦੀਨ ਦੁਰੰਤ ਦੇਖ ਕਰਕੇ ਦੀਨ ਜਿਹੜੇ ਸੀ ਨਾ ਗਰੀਬ ਉਹ ਦੁਰੰਤ ਬੇਅੰਤੀ ਆ ਗਏ ਬਸਤਰ ਦਾਨ ਪਟੰਬਰ ਦਾਨ ਬਸਤਰ ਸੂਤੀ ਦਾ ਬਸਤਰ ਜਿਹੜਾ ਹੁੰਦਾ ਉਹਦਾ ਦਾਨ ਦਿੱਤਾ ਪਸ਼ਮੀਨੇ ਦੇ ਬਸਤਰ ਦਿੱਤੇ ਸੋ ਸਸਤਰ ਦਾਨ ਦਜੰਤ ਠੀਕ ਹੈ ਸ਼ਾਸਤਰ ਦਾਨ ਸ਼ਾਸਤਰਾਂ ਦਾ ਦਾਨ ਦਜੰਤ ਦਿੱਤਾ ਪੰਡਤਾਂ ਨੂੰ ਉਪ ਪਿੱਛਕ ਹੋਏ ਗਏ ਸਭ ਜਿਹੜੇ ਰਾਜ ਦੇ ਸੀ ਸਾਰੇ ਮੰਗ ਤੇ ਬਣ ਗਏ ਵਾਹ ਖੁੱਲਾ ਗੱਫਾ ਮਿਲਦਾ ਜਾਂ ਇਹਨਾਂ ਕੋਲੋਂ ਲਿਆਉਣਾ ਸੀ ਜਿਹੜੇ ਰਾਜੇ ਫੜੇ ਸੀ ਇਸ ਵਾਸਤੇ ਪਿਛਕ ਭਿਖਾਰੀ ਬਣ ਕੇ ਗਰੀਬ ਹੋ ਗਏ ਦੇਸ਼ ਦੇਸ਼ ਦੁਰੰਤ ਦੇਸਾਂ ਦੇਸਾਂ ਦੇ ਵਿੱਚ ਬੇਅੰਤੀ ਰਾਜੇ ਦੁਰ ਅੰਤ ਹੈ ਜਿਹਨਾਂ ਦਾ ਪਾਉਣਾ ਚਤਰ ਕੋਸ ਬਣਾਏ ਕੁੰਡਕ ਹਾਂਜੀ ਚਤਰ ਕੋਸ ਬਣਾਏ ਕੁੰਡਕ ਚਤਰ ਚਾਰ ਕੋਸ ਕੋਹਾ ਬਣਾਉਣਾ ਕੀਤਾ ਕੁੰਡਕ ਕੁੰਡ ਬਣਾਉਣਾ ਕੀਤਾ ਹਮਨ ਕਰਨ ਵਾਸਤੇ ਚਾਰ ਕੋਚ ਸਰ ਲਾਏ ਪਰਨਾਰ ਤੇ ਸਾਹ